ਇਹ ਜੋ ਖੁਰਵੀ ਆਏ ਹਵਾਵਾਂ ਵਿੱਚ ਤੇ ਚਲਦੀਆਂ ਰਹੀਆਂ ਹਾਂਜੀ ਪਰ ਇਹ ਡਿੱਗੀ ਨਹੀਂ ਤੇ ਨੰਬਰ 2 ਇਹਨੂੰ ਕੋਈ ਬਿਮਾਰੀ ਨਹੀਂ ਆਉਂਦੀ ਤੇ ਇਹਦੀ ਗਰਨਾ ਚਾੜ ਕਾਫੀ ਘਟ ਜਾਂਦਾ ਜੀ ਵੀਰੋ ਕਣਕ ਦੀ ਇੱਕ ਬਹੁਤ ਸੋਹਣੀ ਵੈਰਾਈਟੀ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਇਹਦਾ ਕਦ ਕਾਠ ਵੀ ਬਹੁਤ ਵਧੀਆ ਤੇ ਬੱਲੀ ਸ਼ਾਈਨੀ ਵਗੈਰਾ ਸਾਰਾ ਕੁਝ ਹੀ ਚੰਗਾ ਲੱਗ ਰਿਹਾ ਦੇਖਣ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ ਤੁਸੀਂ ਇੱਥੇ ਪਹੁੰਚਣ ਤੇ ਬਹੁਤ ਤੁਹਾਡਾ ਸਵਾਗਤ ਹੈ ਜੀ ਜੀ ਤੇ ਜਿਵੇਂ ਇਹ ਵੈਰੈਟੀ ਹੈ ਜੀ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਕਿਹੜੀ ਵੈਰੈਟੀ ਹੈ ਜੀ ਇਹ ਵੈਰੈਟੀ ਹੈਗੀ ਜੀ DBW ਹਾਂਜੀ 372 DBW 372 ਕਰਨਾਲ ਦੀ ਕਰਨਾਲ ਦੀ ਤੇ ਇਹਦੇ ਵਿੱਚ ਕਿਹੜੇ ਇਹੋ ਜਿਹੇ ਗੁਣ ਨੇ ਵੀ ਜਿਹਦੇ ਕਰਕੇ ਆਪਾਂ ਇਹਨੂੰ ਲਾਇਆ ਜੀ ਆਪਣੇ ਇਹਨੂੰ ਇਸ ਕਰਕੇ ਲਾਇਆ ਜੀ ਇੱਕ ਤਾਂ ਇਹਦੀ ਹਾਈਟ ਘੱਟ ਹੈ ਠੀਕ ਹੈ ਜੀ ਹੁਣ ਬੱਲੀ ਕੱਢ ਕੇ ਉੱਚੀ ਹੋਈ ਹੈ ਪਹਿਲਾਂ ਤਾਂ ਛੋਟੀ ਰਹੀ ਹੈ ਇਹ ਠੀਕ ਹੈ ਜੀ ਪਹਿਲਾਂ ਹਾਈਟ ਨਹੀਂ ਵੱਧਦੀ ਪਹਿਲਾਂ ਨਹੀਂ ਵੱਧਦੀ ਇਹਦੀ ਹਾਈਟ ਜੀ ਤੇ ਨੰਬਰ 2 ਇਹਨੂੰ ਕੋਈ ਬਿਮਾਰੀ ਨਹੀਂ ਆਉਂਦੀ ਕੋਈ ਰਸਟ ਵਗੈਰਾ ਕੋਈ ਰਸਤ ਨਹੀਂ ਹਜੇ ਆਈ ਇਹ ਕੂੰਗੀ ਕੋਈ ਵੀ ਨਹੀਂ ਆਈ ਨਾ ਨਾ ਕੋਈ ਨਹੀਂ ਆਈ ਜੀ ਤੇ ਇਹਦੀ ਜੀ ਗੱਲ ਕਰੀ ਕਦੋਂ ਦੀ ਬਜਾਈ ਕੀਤੀ ਜੀ ਇਹ ਇਹ 12 ਨਵੰਬਰ ਦੀ ਬਜਾਈ ਹੋਈ ਹੈ ਜੀ ਇਹ 12 ਨਵੰਬਰ ਦੀ ਬਜਾਦ ਹੈ ਤੇ ਇਹਦੇ ਵਿੱਚ ਕੀ ਕੁਝ ਪਾਇਆ ਜੀ ਕਿੰਨੀ ਖਾਦ ਖਰਕ ਇਹ 65 ਕਿਲੋ ਡੀਏਪੀ ਪਾਈ ਹੈ ਜੀ ਠੀਕ ਹੈ ਜੀ ਤੇ ਇਹ ਤਿੰਨ ਗੱਟੇ ਯੂਰੀਆ ਪਾਈ ਜੀ 65 ਕਿਲੋ ਡੀਏਪੀ ਤਿੰਨ ਗੱਟੇ ਯੂਰੀਆ ਤੇ ਸਪਰੇਆਂ ਕਿੰਨੀਆਂ ਹੋ ਗਈਆਂ ਜੀ ਸਪਰੇਆਂ ਜਿੰਕ ਮੈਗਨੀਸ਼ੀਆ ਦੋ ਸਪਰੇਆਂ ਹੋਈਆਂ ਜੀ ਇੱਕ ਕੋਰ ਤੇ ਇੱਕ ਪਹਿਲੇ ਪਾਣੀ ਤੋਂ ਬਾਅਦ ਠੀਕ ਹੈ ਜੀ ਜ਼ਿੰਕ ਤੇ ਮੈਗਨੀਜ਼ ਹਾਂਜੀ ਹਾਂਜੀ ਤੇ ਹੁਣ ਤੱਕ ਕਿਵੇਂ ਰਿਹਾ ਜੀ ਤਜਰਬਾ ਇਹਨੂੰ ਲੈ ਕੇ ਹੁਣ ਤੱਕ ਇਹਦਾ ਤਜਰਬਾ ਮੇਰੇ ਸਾਰ ਮੈਂ ਤਾਂ ਠੀਕ ਹੈ ਜੀ ਕੁੱਲ ਮਿਲਾ ਕੇ ਹਾਂਜੀ ਕਿਉਂਕਿ ਪਾਣੀ ਲੱਗੇ ਟਿੱਕੜ ਛੁੱਕੜ ਵੀ ਆਏ ਹਵਾਵਾਂ ਚ ਤੇ ਜਲਦੀ ਰਹੀਆਂ ਹਾਂਜੀ ਪਰ ਇਹ ਡਿੱਗੀ ਨਹੀਂ ਡਿੱਗੀ ਨਹੀਂ ਉਹ ਲੋਜ਼ਿੰਗ ਦੀ ਸਮੱਸਿਆ ਇਹਨੂੰ ਜਮਾ ਨਹੀਂ ਆਈ ਹਾਂਜੀ ਹਾਂਜੀ ਠੀਕ ਹੈ ਡਿੱਗਣ ਦੇ ਹੀ ਹਾਂਜੀ ਜ਼ਿਆਦਾਤਰ ਹੁੰਦਾ ਆਪਾਂ ਨੂੰ ਡਿੱਗਣ ਨਾਲ ਝਾੜ ਕਾਫੀ ਘਟ ਜਾਂਦਾ ਜੀ ਹਾਂਜੀ ਹਾਂਜੀ ਇਸ ਕਰਕੇ ਉਹ ਸਮੱਸਿਆ ਇਹਨੂੰ ਹੈ ਨਹੀਂ ਜੀ ਤੇ ਜਿਵੇਂ DBW 372 ਦੇ ਹੋਰ ਕੋਈ ਕਰੈਕਟਰਾਂ ਬਾਰੇ ਕੁਛ ਆਪਾਂ ਨੋਟ ਕੀਤਾ ਹੋਵੇ। ਇਹ ਹੋਰ ਸਾਰਾ ਹੀ ਠੀਕ ਵਧੀਆ ਜੀ। ਜੀ। ਹਰ ਪੱਖੋਂ ਵਧੀਆ ਲੱਗ ਰਹੀ ਏ। ਹਾਂਜੀ ਹਾਂਜੀ ਖੜੀ ਵੀ ਸੋਹਣੀ ਲੱਗ ਰਹੀ ਏ। ਬਹੁਤ ਸੋਹਣੀ ਏ। ਇਹ ਜੀ ਗੱਲ ਨਹੀਂ ਤੇ ਬਾਕੀ 나ੜ ਵਗੈਰਾ ਵੀ ਵਧੀਆ ਮੋਟਾ ਹੈਗਾ। ਮੋਟਾ ਮਜ਼ਬੂਤ ਹੈ ਜੀ ਪਰ ਗ੍ਰੀਨ ਵੀ ਰਹਿੰਦਾ ਹੈ। ਹਾਂਜੀ। ਪਰ ਗ੍ਰੀਨ ਰਹਿਣ ਵਾਸਤੇ ਅਸੀਂ ਇਹਨੂੰ ਇੱਕ ਟਿੱਬਾ ਕੋਰਨਾ ਜੋ ਦੀ ਸਪਰੇ ਵੀ ਕਰੀਏ। ਉਹ ਫੰਗੀਸਾਈਡ ਜ਼ਰੂਰ ਕਰ ਦੇਉ ਤੁਸੀਂ। ਹਾਂਜੀ ਉਹ ਤਾਂ ਸਾਰੀ ਤੇ ਕਰ ਦਿੰਨੇ ਜੀ। ਕਿਉਂਕਿ ਇਹਦੇ ਨਾਲ ਗ੍ਰੀਨਰੀ ਜ਼ਿਆਦਾ ਰਹਿੰਦੀ ਹੈ। ਕਿਰਨੀ ਰੰਗ ਵਾਲੀ ਹੋ ক্লোਰੋਫਿਲ ਲੈਂਦਾ ਰਹਿੰਦਾ ਧੁੱਪ ਚ ਹਾਂਜੀ ਹਾਂਜੀ ਤੇ ਉਹਦੇ ਨਾਲ ਕਾਫੀ ਦੇਰ ਪੁੱਦਾ ਹਰਾ ਰਹਿੰਦਾ ਤੇ ਦਾਣੇ ਦਾ ਪਕਾ ਚੰਗਾ ਹੁੰਦਾ ਆਖੀਰ ਤੇ ਆ ਕੇ ਇਹਨੂੰ 13045 ਵਗੈਰਾ ਪੈਰਾਸਬੋਰਨ ਵਗੈਰਾ ਇੱਕ ਸਪਰੇਅ ਕਰ ਦਿੰਦੇ ਜੀ ਜੀ ਇਹ ਕੁਛ ਕਰਦੇ ਉਹਦੇ ਨਾਲ ਵਧੀਆ ਦਾਣੇ ਮੋٹے ਭਾਰੇ ਚਮਕੀਲੇ ਹੋ ਜਾਂਦੇ ਤੇ ਬਾਕੀ ਜਦੋਂ ਆਪਾਂ ਇਹਨੂੰ ਕਟਾਂਗੇ ਇਹਦੀ ਕਟਾਈ ਵੇਲੇ ਉਹਦੀ ਵੀਡੀਓ ਬਣਾਵਾਂਗੇ ਉਹ ਤੁਹਾਨੂੰ ਝਾੜ ਵੀ ਦੱਸਾਂਗੇ ਝਾੜ ਉਦੋਂ ਲਾਈਵ ਕੱਢ ਕੇ ਦੱਸਾਂਗੇ ਜੀ ਵੱਢਣ ਵੇਲੇ ਹਾਂਜੀ ਜੀ ਤੇ ਬਾਕੀ ਤੁਸੀਂ ਖੇਤ ਦੇ ਵਿੱਚ ਦੇਖ ਸਕਦੇ ਹੋ ਵੀ ਵੈਰਾਈਟੀ ਬਾਕੀ ਬਹੁਤ ਸੋਹਣੀ ਖੜੀ ਆ ਕਿਉਂਕਿ ਇਹਨਾਂ ਦਾ ਜੀ ਵੈਸੇ ਪਿਛਲੇ ਸਾਲ ਹੋ ਗਈ ਸੀ ਰਿਲੀਜ਼ ਤਾਂ ਹੀ ਪਿਛਲੇ ਸਾਲ ਰਿਲੀਜ਼ ਹੋ ਗਈ ਸੀ ਪਿਛਲੇ ਸਾਲ ਮੇਰੇ ਕੋਲ ਹੈ ਨਹੀਂ ਸੀ ਜੀ ਮੈਂ ਤਾਂ ਜਾ ਨਹੀਂ ਗਿਆ ਮੈਂ ਬਾਹਰ ਚਲਾ ਗਿਆ ਸੀ ਪਰ ਵੀ ਨਹੀਂ ਬਹੁਤਾ ਮਾਰਕੀਟ ਦੇ ਵਿੱਚ ਆਇਆ ਇਹਦਾ ਹਾਂਜੀ ਹਾਂਜੀ ਤੇ ਇਸ ਸਾਲ ਇਹ ਤਾਂ ਵੀ ਆ online ਇਸ ਸਾਲ ਆਇਆ ਇਸ ਸਾਲ ਆਇਆ ਤੇ ਜਿਵੇਂ DBW 327 ਤੋਂ ਬਾਅਦ ਆਈਏ ਜੀ ਇਹ ਬਾਤ ਚਾਹੀਏ ਜੀ 300 ਓਏ 1 ਸਾਲ ਪਹਿਲਾਂ ਦੀ ਆ 2 ਸਾਲ ਪਹਿਲਾਂ ਦੀ ਇਸ ਤੋਂ ਇਹ ਬਾਤ ਚਾਹੀਏ ਇਹ ਬਾਤ ਦੇ ਵਿੱਚ 327 ਤੋਂ ਬਾਅਦ ਇਹ ਵੈਰਾਈਟੀ ਆਈ ਆ ਜੋ ਕਿ ਬਹੁਤ ਸੋਹਣੀ ਲੱਗ ਰਹੀ ਆ ਤੇ ਬਾਕੀ ਝਾੜ ਤੇ ਪਤਾ ਲੱਗੂਗਾ ਹਾਂ ਬਾਕੀ ਦਾ ਝਾੜ ਨਹੀਂ ਦੱਸਣਾ ਹੀ ਸਾਰਾ ਕੁਝ ਹਾਂਜੀ ਉਹ ਲਾਈਵ ਕੱਢ ਕੇ ਆਪਾਂ ਕੰਡੇ ਤੇ ਲਾ ਕੇ ਦੱਸ ਦਿਆਂਗੇ ਕੰਡੇ ਤੇ ਲਾ ਕੇ ਵੀਡੀਓ ਪਾ ਦਾਂਗੇ ਹਾਂਜੀ ਹਾਂਜੀ ਉਹਦੀ ਵੀਡੀਓ ਬਣਾ ਕੇ ਆਪਾਂ ਕਿਸਾਨ ਭਰਾਵਾਂ ਦੇ ਭੇਟ ਕਰਾਂਗੇ ਹਾਂਜੀ ਹਾਂਜੀ ਜੋ ਉਹਨਾਂ ਨੂੰ ਚੰਗਾ ਲੱਗੂ ਫਿਰ ਆਪੇ ਦੇਖਣ ਹਾਂਜੀ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਕਿਸਾਨ ਭਰਾਵਾਂ ਸਤਿ ਸ਼੍ਰੀ ਅ